ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਸਰ ਮੇਰਾ ਬੇਟਾ ਹਰਪ੍ਰਤਾਪ ਸਿੰਘ ਬਟਾਲੇ ਸਕੂਲ ਦੇ ਵਿੱਚ ਪੜ੍ਹਦਾ, ਉਹਨੂੰ 2 ਵਜੇ ਛੁੱਟੀ ਹੁੰਦੀ ਆ ਅਤੇ ਛੁੱਟੀ ਜਦੋਂ ਹੋਈ ਤਾਂ ਮੈਂ ਆਪਣੇ ਘਰੋਂ 1:30 ਵਜੇ ਉਹਨੂੰ ਲੈਣ ਵਾਸਤੇ ਚਲਾ ਗਿਆ ਅਤੇ ਬੇਰਿੰਗ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੈਂ ਵਾਪਸ, ਮੇਰੀ ਮਿਸਿਜ਼ ਇੱਥੇ ਡਰਾਈਵਿੰਗ ਦੇ ਟੀਚਰ ਨੇ ਅਤੇ ਇਹਨਾਂ ਨੂੰ ਲੈਣ ਵਾਸਤੇ ਕਰੀਬ 2:20 ਦੇ ਆਸ ਪਾਸ ਦੀ ਗੱਲ ਹੈ ਅਤੇ ਮੈਂ ਇਹ ਇੱਕ ਯੈਲੋ ਕਲਰ ਦਾ ਪੋਗਲਾ ਇੱਥੇ ਆਣ ਕੇ ਆਪਣੀ ਗੱਡੀ ਨੂੰ ਸਟੋਪ ਕੀਤਾ ਅਤੇ ਪਿੱਛੋਂ ਇੱਕ ਵਰਨਾ ਆਈ, ਉਹ ਹਾਈਵੇ ਥਾਣੇ ਆ ਰਹੀ ਸੀ, ਉਹਨੇ ਮੇਰੀ ਗੱਡੀ ਦੇ ਪਿੱਛੇ ਆਪਣੀ ਗੱਡੀ ਖਿਲਾਰ ਕੇ ਅਤੇ ਮੈਨੂੰ ਮੇਰੀ ਗੱਡੀ ਦੇ ਕੋਲ ਆ ਗਿਆ, ਕਹਿੰਦਾ ਸ਼ੀਸ਼ਾ ਡਾਊਨ ਕਰ। ਅਤੇ ਮੈਂ ਕਿਹਾ ਸੁਣਦਾ ਨੀਗਾ, ਮੇਰੇ ਕੋਲ ਪੱਗ ਬੱਧੀ ਆ, ਸੁਣਦਾ ਨੀਗਾ। ਕਹਿੰਦਾ ਸ਼ੀਸ਼ਾ ਡਾਊਨ ਕਰ, ਮੈਂ ਕਿਹਾ ਜੀ ਸੁਣਦਾ ਨੀਗਾ, ਦੁਬਾਰਾ ਆ ਗਿਆ। ਅਤੇ ਉਹਨੇ ਗਨ ਕੱਢ ਕੇ ਸੱਜੇ ਹੱਥ ਨਾਲ ਅਤੇ ਸ਼ੀਸ਼ੇ ਦੇ ਨਾਲ ਜੋੜਤੀ, ਕਹਿੰਦਾ ਸਾਰਿਆਂ ਗੋਲੀ ਮਾਰ ਦੂੰਗਾ, ਡਾਊਨ ਕਰ ਸ਼ੀਸ਼ਾ। ਸਰ ਮੇਰਾ ਬੇਟਾ ਹਰਪ੍ਰਤਾਪ ਸਿੰਘ ਬਟਾਲੇ ਸਕੂਲ ਦੇ ਵਿੱਚ ਪੜ੍ਹਦਾ, ਉਹਨੂੰ 2 ਵਜੇ ਛੁੱਟੀ ਹੁੰਦੀ ਆ ਅਤੇ ਛੁੱਟੀ ਜਦੋਂ ਹੋਈ ਤਾਂ ਮੈਂ ਆਪਣੇ ਘਰੋਂ 1:30 ਵਜੇ ਉਹਨੂੰ ਲੈਣ ਵਾਸਤੇ ਚਲਾ ਗਿਆ ਅਤੇ ਬੇਰਿੰਗ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੈਂ ਵਾਪਸ, ਮੇਰੀ ਮਿਸਿਜ਼ ਇੱਥੇ ਡਰਾਈਵਿੰਗ ਦੇ ਟੀਚਰ ਨੇ ਅਤੇ ਇਹਨਾਂ ਨੂੰ ਲੈਣ ਵਾਸਤੇ ਕਰੀਬ 2:20 ਦੇ ਆਸ ਪਾਸ ਦੀ ਗੱਲ ਹੈ ਅਤੇ ਮੈਂ ਇਹ ਇੱਕ ਯੈਲੋ ਕਲਰ ਦਾ ਪੋਗਲਾ ਇੱਥੇ ਆਣ ਕੇ ਆਪਣੀ ਗੱਡੀ ਨੂੰ ਸਟੋਪ ਕੀਤਾ ਅਤੇ ਪਿੱਛੋਂ ਇੱਕ ਵਰਨਾ ਆਈ, ਉਹ ਹਾਈਵੇ ਥਾਣੇ ਆ ਰਹੀ ਸੀ, ਉਹਨੇ ਮੇਰੀ ਗੱਡੀ ਦੇ ਪਿੱਛੇ ਆਪਣੀ ਗੱਡੀ ਖਿਲਾਰ ਕੇ ਅਤੇ ਮੈਨੂੰ ਮੇਰੀ ਗੱਡੀ ਦੇ ਕੋਲ ਆ ਗਿਆ, ਕਹਿੰਦਾ ਸ਼ੀਸ਼ਾ ਡਾਊਨ ਕਰ। ਅਤੇ ਮੈਂ ਕਿਹਾ ਸੁਣਦਾ ਨੀਗਾ, ਮੇਰੇ ਕੋਲ ਪੱਗ ਬੱਧੀ ਆ, ਸੁਣਦਾ ਨੀਗਾ। ਕਹਿੰਦਾ ਸ਼ੀਸ਼ਾ ਡਾਊਨ ਕਰ, ਮੈਂ ਕਿਹਾ ਜੀ ਸੁਣਦਾ ਨੀਗਾ, ਦੁਬਾਰਾ ਆ ਗਿਆ। ਅਤੇ ਉਹਨੇ ਗਨ ਕੱਢ ਕੇ ਸੱਜੇ ਹੱਥ ਨਾਲ ਅਤੇ ਸ਼ੀਸ਼ੇ ਦੇ ਨਾਲ ਜੋੜਤੀ, ਕਹਿੰਦਾ ਸਾਰਿਆਂ ਗੋਲੀ ਮਾਰ ਦੂੰਗਾ, ਡਾਊਨ ਕਰ ਸ਼ੀਸ਼ਾ। ਅਤੇ ਮੈਂ ਕਿਹਾ ਕਿਤੇ ਸੱਚਮੁੱਚ ਹੀ ਨਾ ਮਾਰ ਦੇ, ਮੈਂ ਸ਼ੀਸ਼ਾ ਡਾਊਨ ਕਰਿਆ। ਅਤੇ ਉਹਨੇ ਇੰਨਾ ਸ਼ੀਸ਼ਾ ਡਾਊਨ ਹੁੰਦਿਆਂ ਮੇਰੀ ਚਾਬੀ 'ਤੇ ਝਪਟ ਗਿਆ, ਉਹ ਚਾਬੀ 'ਤੇ ਝਪਟਦਿਆਂ ਹੀ ਉਹਨੇ ਉਹਨੂੰ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਵੀ ਦੋਵੇਂ ਹੱਥਾਂ ਨਾਲ ਉਹਦਾ ਹੱਥ ਦਬੋਚ ਲਿਆ ਜਿਹੜਾ ਚਾਬੀ ਵਾਲਾ ਸੀ। ਫਿਰ ਉਹਨੇ ਉਹ ਜਿਹੜਾ ਹੱਥ ਗਨ ਵਾਲਾ ਸੀ ਉਹ ਮੇਰੇ ਅੱਗੇ ਕੀਤਾ ਅਤੇ ਉਹ ਖਿੜਕੀ ਉਹਨੇ ਆਪ ਹੀ ਖੋਲ੍ਹੀ ਅਤੇ ਮੈਂ ਵੀ ਬਾਹਰ ਨਿਕਲ ਆਇਆ ਅਤੇ ਮੈਂ ਉਹਦਾ ਹੱਥ ਗਨ ਵਾਲਾ ਜਿਹੜਾ ਤਾਂ ਚੁੱਕ ਲਿਆ ਸੀਗਾ, ਦੋਵਾਂ ਹੱਥਾਂ ਨਾਲ ਜਿਹੜਾ ਚੁੱਕ ਛੱਡਿਆ। ਫਿਰ ਉਹ ਇੱਕ ਹੱਥ ਨਾਲ ਚਾਬੀ ਨੂੰ ਘੁੱਲਦਾ ਸੀ ਅਤੇ ਮੇਰਾ ਵੀ ਇੱਕ ਹੱਥ ਚਾਬੀ 'ਤੇ ਅਤੇ ਇੱਕ ਗਨ 'ਤੇ ਸੀ, ਆਹ ਪੁਜੀਸ਼ਨ ਸੀ ਸਾਡੀ। ਅੱਛਾ, ਠੀਕ ਹੈ। ਅਤੇ ਉਹ ਤੋਂ ਬਾਅਦ ਫਿਰ ਉਹਨੇ ਜਦੋਂ ਦੂਜਾ ਬੰਦਾ ਉੱਤਰ ਕੇ ਆਇਆ ਗੱਡੀ ਦੇ ਵਿੱਚੋਂ, ਉਹਨੇ ਆਣ ਕੇ ਆਖਿਆ ਬਾਈ ਮਾਰ ਸਾਲੇ 'ਤੇ ਗੋਲੀ ਇੰਨਾ ਚਿਰ ਬੋਲਣ ਡਿਆ। ਅਤੇ ਫਿਰ ਮੈਂ ਇਹ ਵੀ ਆ ਗਿਆ, ਉਹਨੇ ਆਣ ਕੇ ਇੱਥੇ ਪਿਸਟਲ ਦੂਜੀ ਰੱਖ ਦਿੱਤੀ, 2 ਪਿਸਟਲਾਂ ਉਹਨਾਂ ਦੇ ਕੋਲ ਦੇਖੀਆਂ। ਕਿੰਨੇ ਬੰਦੇ ਸੀ ਟੋਟਲ? 5 ਬੰਦੇ ਸੀ ਸਰ ਟੋਟਲ। ਉਸ ਤੋਂ ਬਾਅਦ ਕੀ ਹੋਇਆ? ਹਾਂਜੀ, ਉਸ ਤੋਂ ਬਾਅਦ ਕੀ ਹੋਇਆ ਫਿਰ ਜਦੋਂ ਪਿਸਟਲ ਉਹਨਾਂ ਰੱਖਤੀ ਤੁਹਾਡੇ? ਹਾਂ, ਤੇ ਫਿਰ ਮੈਂ ਕਿਹਾ ਵੀ ਤੁਸੀਂ ਕੀ ਕਰਨਾ ਵਾ, ਕੀ ਚਾਹੁੰਦੇ ਜੇ? ਕਹਿੰਦੇ ਗੱਡੀ ਦੇ ਦੇ ਫਟਾਫਟ, ਉੱਤਰ ਜਾ ਵਿੱਚੋਂ। ਮੈਂ ਹੋਰ ਤਾਂ ਨਹੀਂ ਕੋਈ ਗੱਲ ਆਉਂਦੀ, ਨਹੀਂ ਮੈਂ ਫਿਰ ਮੇਰਾ ਕਾਕਾ ਵਿੱਚੋਂ ਕੱਢ ਦਿਉ ਅਤੇ ਫੋਨ ਵਿੱਚੋਂ ਕੱਢ ਦਿਉ ਅਤੇ ਉਹਦਾ ਬੈਗ ਦੇ ਦਿਉ ਕਾਕੇ ਦਾ, ਠੀਕ, ਅਤੇ ਤੁਸੀਂ ਜੋ ਮਰਜ਼ੀ ਕਰ। ਫਿਰ ਉਹਨੇ ਗੱਡੀ ਸਟਾਰਟ ਕਰ ਲਈ, ਸੈਲਫ ਸਟਾਰਟ ਕਰਦਿਆਂ ਹੀ ਉਹਨੇ ਗੱਡੀ ਤੋਰ ਲਈ ਅਤੇ ਤੁਰਦੀ ਗੱਡੀ 'ਚੋਂ ਕਾਕੇ ਨੂੰ ਬਾਹਰ ਕੱਢਿਆ, ਕੱਢ ਕੇ ਸੁੱਟਿਆ ਗੱਡੀ ਲੈ ਕੇ। ਤੁਹਾਨੂੰ ਨਿਕਲ ਗਿਆ? ਹਾਂ, ਗੱਡੀ ਲੈ ਕੇ। ਫਿਰ ਮੈਂ ਤੁਰੰਤ ਜਦੋਂ ਇਹਨਾਂ ਲੋਕਾਂ ਨੂੰ ਮੈਂ ਕਿਹਾ ਗੱਡੀ ਲੈ ਗਏ, ਗੱਡੀ ਲੈ ਗਏ, ਇਹਨਾਂ 'ਚੋਂ ਕੋਈ ਲੋਕ ਲੱਗ ਹੀ ਨਹੀਂ ਆਏ। ਜਦੋਂ ਗੱਡੀ ਇਹਨਾਂ ਵੇਖ ਲਈ 100 ਮੀਟਰ ਗੱਡੀ ਚੱਲ ਗਈ ਆ, ਫਿਰ ਇਹ ਮੇਰੇ ਲੱਗ ਗਏ ਕੀ ਹੋਇਆ ਕੀ ਹੋਇਆ। ਮੈਂ ਤੁਹਾਡੇ ਸਾਹਮਣੇ ਤਾਂ ਗੱਡੀ ਲੈ ਗਏ ਹੁਣ, ਆਖਿਰ ਗੱਡੀ ਸੀ ਆਪਣੀ ਤਾਂ ਕੀ ਨੰਬਰ ਸੀ? ਮੇਰੀ ਗੱਡੀ ਵਰਨਾ ਕਾਰ ਆ, ਵਰਨਾ। ਹਾਂਜੀ ਭਾਅ ਜੀ, ਸਰ ਕੀ ਇਹ ਸਾਰੀ ਘਟਨਾ ਹੋਈ ਹੈ ਅਤੇ ਕੀ ਕੁਝ ਦੱਸਿਆ ਗਿਆ ਜਿਸ ਘਟਨਾ ਬਾਰੇ ਤੁਹਾਨੂੰ? ਅੱਜ ਸਾਨੂੰ ਹੁਣੇ ਪਤਾ ਲੱਗਾ ਵੀ ਸਰਦਾਰ ਹਰਜੀਤ ਸਿੰਘ ਜਿਹੜੇ ਆ ਇਹ ਵਰਨਾ ਗੱਡੀ ਦੇ ਉੱਤੇ ਇੱਥੇ ਆਏ ਸੀਗੇ ਅਤੇ ਪਿੱਛੋਂ ਕੋਈ ਜਿਹੜੇ ਵਰਨਾ ਗੱਡੀ ਦੇ ਵਿੱਚ ਹੀ ਵਾਈਟ ਰੰਗ ਦੀ ਵਿੱਚ 5 ਬੰਦੇ ਆਏ ਆ ਅਤੇ ਇਹਨਾਂ ਤੋਂ ਗਨ ਪੁਆਇੰਟ 'ਤੇ ਜਿਹੜਾ ਆ ਕਹਿੰਦੇ ਆ ਵੀ ਸਾਡੀ ਗੱਡੀ ਜਿਹੜੀ ਆ ਉਹਨਾਂ ਨੇ ਖੋਲ੍ਹੀ। ਕਿਸ ਜਗ੍ਹਾ 'ਤੇ ਖੜ੍ਹੇ ਸੀ ਉਸ ਵੇਲੇ? ਇਹ ਬਿਲਕੁਲ ਆ ਸਕੂਲ ਦੇ ਸਾਹਮਣੇ, ਡਿਵਾਈਨ ਪਬਲਿਕ ਸਕੂਲ ਦੇ ਸਾਹਮਣੇ ਉਹ ਪਿੱਛੇ ਖੜ੍ਹੇ ਸੀ। ਕਿਹੜੀ ਰੋਡ ਹੈ ਸਰ? ਇਹ ਬਾਈਪਾਸ ਆ ਜਿਹੜਾ ਅੰਮ੍ਰਿਤਸਰ ਰੋਡ 'ਤੇ। ਅਤੇ ਕੁਝ ਦੱਸਿਆ ਗੱਡੀ ਕਿਸ ਤਰ੍ਹਾਂ ਲੈ ਕੇ ਗਏ, ਕਿਸ ਤਰਫ ਲੈ ਕੇ ਗਏ? ਗੱਡੀ ਜਿਹੜੀ ਅੰਮ੍ਰਿਤਸਰ ਸਾਈਡ ਨੂੰ ਲੈ ਕੇ ਪ੍ਰਸਨੀਆਂ ਜਿਹੜੀਆਂ ਸੀ ਆਈ ਏ ਅਤੇ DSP ਡੀ ਸਾਹਿਬ ਜਿਹੜਾ ਉਹ ਚੈੱਕ ਕਰ ਰਿਹਾ, ਟੋਲ ਪਲਾਜ਼ਾ ਚੈੱਕ ਕਰ ਰਿਹਾ, ਬਾਕੀ ਸਾਰੇ ਪੁਆਇੰਟਾਂ 'ਤੇ ਜਿੱਥੇ ਜਿੱਥੇ ਵੀ ਕੈਮਰੇ ਹੈਗੇ ਆ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਜਾ ਚੁੱਕੀਆਂ ਨੇ, ਅਸੀਂ ਵੀ ਖੁਦ ਜਾ ਰਹੇ। ਨਹੀਂ, ਫਿਲਹਾਲ ਤਾਂ ਅਸੀਂ ਇਸ ਮੈਟਰ 'ਤੇ ਹੀ ਆ, ਦੁਸ਼ਮਣੀ ਬਾਰੇ ਨਹੀਂ ਅਜੇ ਸਾਨੂੰ ਕੋਈ ਵੀ ਉਹ ਗੱਲਬਾਤ ਕੋਈ ਇਹੋ ਜਿਹੀ ਕੋਈ ਗੱਲ ਕੋਈ ਸਮਝ। ਉਹ ਗੱਡੀ ਦਾ ਨੰਬਰ ਨਹੀਂ ਪਤਾ ਲੱਗਾ ਜੀ ਇਹਨਾਂ ਦੀ ਗੱਡੀ, ਇਹਨਾਂ ਦੀ ਗੱਡੀ ਦਾ ਨੰਬਰ PB32J7308। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।
ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ, ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 6 77009।